डांसरा बन के नचदिया ने ते उत्तो टैलेंट दस दे मापे ने अज जिहड़ियां मुंह दिखाउण तो डरदियां सी अज जिथे कुछ नहीं दिखाउणा अज उत्थे भी इन्हां ने टैटू छापे ने आ दिखाई इन्हां नूं फोटो आ डांसर बन दा शौक नहीं किसे नूं आ पापी पेड़ दी मजबूरी हुंदी आ आ दो टाइम भावे रुखी मिस्सी मिल जे रोटी तां मैडम जरूरी हुंदी आ आ कम छोटा वड्डा नहीं आ गुरदास मान कह गया आ डिग्रियां वाले भी मैडम वेले ने आ गंदियां सरकारां दा बेड़ा बह गया गंदियां सरकारां दा बेड़ा बह गया कईआं दी घर विच मजबूरी हुंदी ए ताईं उह अपनी मेहनत करदियां ने आ ऑर्केस्ट्रा वालियां भैणां अपना जिसम दिखाउण दे लई नहीं मैडम अपना पेट पालण दे लई स्टेजां ते चढ़दियां ने अपने बच्चे पालण दे लई स्टेजां ते चढ़दियां ने ਕਈਆਂ ਦੇ ਘਰੇ ਬੁੱਢੇ ਮਾਂ ਬਾਪ ਅਤੇ ਪਿੱਛੇ ਬੱਚੇ ਇਕੱਲੇ ਹੁੰਦੇ ਆ ਆ ਨੱਚਦੀਆਂ ਨਾਲ ਜਿਹੜੇ ਸਾਲੇ ਛੇੜਖਾਨੀਆਂ ਕਰਦੇ ਆ ਸੱਚੀ ਦੱਲੇ ਹੁੰਦੇ ਆ ਉਹ ਸੱਚੀ ਦੱਲੇ ਹੁੰਦੇ ਆ ਆਹ ਪੈਲਸਾਂ ਵਿੱਚ ਡਾਂਸਰਾਂ ਨਾਲ ਨੱਚਦਿਆਂ ਨੂੰ ਰਿਸ਼ਤੇਦਾਰ ਇਕੱਲਾ ਇਕੱਲਾ ਦੇਖਦਾ ਆ ਵਿਆਹ ਪਿੰਡ ਦਾ ਹੋਵੇ ਭਾਵੇਂ ਸ਼ਹਿਰ ਦਾ ਸਭ ਗਲੀ ਮੁਹੱਲਾ ਦੇਖਦਾ ਆ ਮੁਫਤ ਦੀ ਦਾਰੂ ਪੀ ਕੇ ਜੋ ਕਰਤੂਤਾਂ ਕਰਦਾ ਆ ਭੈਣ ਭਾਈ ਮਾਂ ਪਿਓ ਫਿਰ ਓਟ ਪੱਲਾ ਦੇਖਦਾ ਆ ਜਿਗਰੀ ਯਾਰ ਦੇ ਮਾਪੇ ਫਿਰ ਇੱਦਾਂ ਕਹਿੰਦੇ ਆ ਮੁੰਡਾ ਘਰੇ ਵਾੜਨ ਵਾਲਾ ਹੈ ਨਹੀਂ ਕਾਕਾ ਬੰਦਾ ਦੱਲਾ ਦਿਖਦਾ ਉਹ ਕਾਕਾ ਬੰਦਾ ਦੱਲਾ ਦਿਖਦਾ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਜੀ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਜੱਟ ਨਾਟ ਗਿਆਰਾਂ ਵਾਲੇ ਦੇ ਵਿੱਚ ਅਤੇ ਬਾਕੀ ਅੱਜ ਆਪਾਂ ਨਿਕਤਾਂ ਨੂੰ ਰਿਪਲਾਈ ਪਾਇਆ ਜੋ ਡਾਂਸਰਾਂ ਨੂੰ ਮਾੜਾ ਬੋਲੀ ਹੈ ਬਾਕੀ ਇੱਕ ਗੱਲ ਮੈਂ ਕਹਿ ਦੇਣਾ ਚਾਹੁੰਦਾ ਜੋ ਵੀ ਵਿਆਹ 'ਤੇ ਅਛਲਾਰੂ ਜਾਂਦੇ ਆ ਜਾਂ ਮੁਫਤ ਦੀ ਦਾਰੂ ਪੀ ਕੇ ਸਟੇਜਾਂ ਦੇ ਉੱਪਰ ਆਪਣੀਆਂ ਭੈਣਾਂ ਹੀ ਹੁੰਦੀਆਂ ਚਲੋ ਮਜਬੂਰੀ ਹੁੰਦੀ ਆ ਅਗਲੇ ਦਾ ਪਿੱਛੇ ਜਵਾਕ ਜੱਲਾ ਹੁੰਦਾ ਸੌ ਮਜਬੂਰੀਆਂ ਹੁੰਦੀਆਂ ਘਰਾਂ ਦੀਆਂ ਕਿਉਂਕਿ ਗੰਦੀਆਂ ਸਰਕਾਰਾਂ ਕਰਕੇ ਕੰਮ ਕਾਰ ਆਪਣੇ ਇੰਡੀਆ ਦੇ ਵਿੱਚ ਹੈ ਨਹੀਂ ਕਿਉਂਕਿ ਸਾਰੀ ਨਵੀਂ ਯੰਗ ਜਨਰੇਸ਼ਨ ਬਾਹਰ ਤੁਰੀ ਜਾਂਦੀ ਆ ਸੋ ਛੇੜਖਾਨੀਆਂ ਨਾ ਕਰਿਆ ਕਰੋ ਆਪਣੇ ਕੰਟਰੋਲ ਦੇ ਵਿੱਚ ਰਿਹਾ ਕਰੋ ਨੱਚਣਾ ਹੁੰਦਾ ਚਲੋ ਸਾਈਡ 'ਤੇ ਤੁਸੀਂ ਨੱਚ ਲਿਆ ਕਰੋ ਆ ਇੱਕ ਦੁਨੀਆ ਦੀ ਮੈਨੂੰ ਸਮਝ ਨਹੀਂ ਆਉਂਦੀ ਵਿਆਹ ਦੇ ਵਿੱਚ ਜਦੋਂ ਆਰਕੈਸਟਰਾ ਨਾਲ ਨੱਚਦੇ ਆ ਸਾਰਾ ਪਿੰਡ ਹੁੰਦਾ ਸ਼ਹਿਰ ਹੁੰਦਾ ਗਲੀ ਮੁਹੱਲੇ ਦੇ ਲੋਕ ਹੁੰਦੇ ਆ ਪਿੰਡ ਦੇ ਲੋਕ ਬੈਠੇ ਹੁੰਦੇ ਆ ਆਪਣੀਆਂ ਭੈਣਾਂ ਚਾਚੇ ਤਾਏ ਸਾਰੇ ਦੇਖਦੇ ਹੁੰਦੇ ਆ ਠੀਕ ਹੈ ਆ ਮੁਫਤ ਦੀ ਦਾਰੂ ਪੀ ਕੇ ਅਤੇ ਕਰਤੂਤਾਂ ਜੋ ਕਰਦੇ ਆ ਆਪਾਂ ਅਕਸਰ ਵਿਆਹ 'ਤੇ ਜਾਂਦੇ ਹਾਂ ਅਤੇ ਆਰਕੈਸਟਰਾ ਵਾਲੀਆਂ ਭੈਣਾਂ ਨੂੰ ਹਰੇਕ ਛੇੜਖਾਨੀ ਕਰਦਾ ਛੇੜਖਾਨੀ ਵੀ ਕੀ ਕਰਦੇ ਆਪਣੇ ਪਰਿਵਾਰ ਦੇ ਸਾਹਮਣੇ ਕਰਦੇ ਆ ਕਿਉਂਕਿ ਆਪਣੇ ਚਾਚੇ ਤਾਏ ਦੀਆਂ ਕੁੜੀਆਂ ਆਪਣੀਆਂ ਮਾਵਾਂ ਭੈਣਾਂ ਸਟੇਜ ਦੇ ਬਿਲਕੁਲ ਸਾਹਮਣੇ ਬੈਠੀਆਂ ਹੁੰਦੀਆਂ ਫਿਰ ਵੀ ਉਹਨਾਂ ਨੂੰ ਨੰਬਰ ਫੜਾਈ ਜਾਣਗੇ ਜਾਂ ਕੰਨ ਦੇ ਵਿੱਚ ਕੋਈ ਨਾ ਕੋਈ ਗੱਲ ਕਹਿਣਗੇ ਆਪਣੀਆਂ ਭੈਣ ਦੇ ਸਾਹਮਣੇ ਆਪਦੀ ਇੱਜ਼ਤ ਰੋਲੀ ਜਾਂਦੇ ਆ ਇਹੋ ਜਿਹਿਆਂ ਨੂੰ ਮੈਂ ਰਿਪਲਾਈ ਲਿਖਿਆ ਬਾਕੀ ਚੰਗਾ ਲੱਗਿਆ ਤਾਂ ਜ਼ਰੂਰ ਸ਼ੇਅਰ ਕਰ ਦਿਓ ਅਤੇ ਬਾਕੀ ਜੋ ਵੀਰ ਅਤੇ ਭੈਣ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ।